ਜ਼ਿਲ੍ਹਾ ਕਪੂਰਥਲਾ ਪੁਲਿਸ ਵੱਲੋਂ ਨਸ਼ੇ ਤੇ ਨਸ਼ੇ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਸੁਲਤਾਨਪੁਰ ਲੋਧੀ ਪੁਲਿਸ ਦੇ ਅਧੀਨ ਆਉਂਦੀ ਚੌਂਕੀ ਕਬੀਰਪੁਰ ਦੇ ਇੰਚਾਰਜ ਗਿਆਨ ਸਿੰਘ ਵੱਲੋਂ ਆਪਣੀ ਪੁਲਿਸ ਪਾਰਟੀ ਨਾਲ ਮਿਲ ਕੇ ਇੱਕ ਵਿਸ਼ੇਸ਼ ਨਾਕਾਬੰਦੀ ਲਗਾਈ ਗਈ ਸੀ, ਜਿਸ ਦੌਰਾਨ ਪੁਲਿਸ ਨੇ ਪੈਦਲ ਆ ਰਹੇ ਇੱਕ ਲੜਕੇ ਨੂੰ ਦੇਖਿਆ ਤਾਂ ਲੜਕਾ ਪੁਲਿਸ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ, ਪਰ ਪੁਲਿਸ ਵੱਲੋਂ ਉਸ ਨੂੰ ਕਾਬੂ ਕਰ ਲਿਆ ਗਿਆ। ਫੜੇ ਗਏ ਲੜਕੇ ਤੋਂ ਪੁਲਿਸ ਨੇ ਇੱਕ ਪਿਸਤੌਲ, 5 ਜਿੰਦਾ ਕਾਰਤੂਸ, 265 ਗ੍ਰਾਮ ਨਸ਼ੀਲਾ ਪਾਊਡਰ ਵੀ ਬਰਾਮਦ ਕੀਤਾ ਹੈ। ਫੜ ਗਏ ਆਰੋਪੀ ਦਾ ਨਾਮ ਦਵਿੰਦਰ ਸਿੰਘ ਦੱਸਿਆ ਜਾ ਰਿਹਾ, ਜਿਸ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਨੇ, ਜਿਸ ਨੂੰ ਪੁਲਿਸ ਵੱਲੋਂ ਭੰਗੋੜਾ ਵੀ ਐਲਾਨ ਕੀਤਾ ਗਿਆ ਸੀ। ਫਿਲਹਾਲ ਪੁਲਿਸ ਨੇ ਫੜ ਗਏ ਆਰੋਪੀ ਤੇ ਮਾਮਲਾ ਦਰਜ ਕਰ ਉਸ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਅਧਿਕਾਰੀ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੀ ਮਾਮਲਾ ਜੀ? ਮਾਮਲਾ ਜੀ, ਅਸੀਂ ਭਗੌੜਾ ਗ੍ਰਿਫਤਾਰ ਕੀਤਾ ਹੈਗਾ, ਦਵਿੰਦਰ ਸਿੰਘ ਕੱਟਾ ਹੈਗਾ ਜੀ। ਇਹ ਲੜਾਈ ਝਗੜਿਆਂ ਦੇ ਮੁਕੱਦਮੇ, ਚੋਰੀ ਦੇ, ਖੋਹਾਂ ਦੇ, ਇਸ ਤਰ੍ਹਾਂ ਦੇ ਉੱਤੇ ਮੁਕੱਦਮੇ ਆਲਰੇਡੀ ਦਰਜ ਨੇ। 8 ਮੁਕੱਦਮੇ ਇਹਦੇ ਚੱਲ ਰਹੇ ਨੇ, ਜਿਵੇਂ 3 'ਚ ਭਗੌੜਾ ਅਤੇ 5 ਜਿਹੜੇ ਨੇ ਉਹ ਜ਼ਹਿਰ ਸਮੈਥ ਨੇ, ਪਰ ਉਹਨਾਂ ਵਿੱਚ ਵੀ ਇਹ ਗੈਰ ਹਾਜ਼ਰ ਆ ਜੀ। ਇਹਨੂੰ ਲੋਕਲ ਪੁਲਿਸ ਥਾਣਾ ਕਬੀਰਪੁਰ ਵੱਲੋਂ ਅਰੈਸਟ ਕੀਤਾ ਗਿਆ। ਇਹਦੇ ਕੋਲੋਂ ਇੱਕ ਪਿਸਤੌਲ ਬਰਾਮਦ ਕੀਤਾ ਗਿਆ, ਪਿਸਟਲ, ਅਤੇ 5 ਰਾਊਂਡ ਬਰਾਮਦ ਹੋਏ ਨੇ। 265 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ ਜੀ, ਅਤੇ ਇਹਨੂੰ ਇਹਦੀ ਅਰੈਸਟ ਪਾ ਲਈ ਹੈ। ਇਹ ਭਗੌੜਾ ਹੋਣ ਕਰਕੇ ਮਾੜਾ ਅਨਸਰ ਸੀ, ਅਤੇ ਹੋਰ ਵੀ ਕਈਆਂ ਗਤੀਵਿਧੀਆਂ ਵਿੱਚ ਇਹ, ਹੁਣ ਇਹਦਾ ਕਲੀਅਰ ਕਰਦੇ ਆ ਵੀ ਕਿੱਥੇ ਕਿੱਥੇ ਰਿਹਾ, ਅਤੇ ਜਦੋਂ ਭਗੌੜੇ ਦੌਰਾਨ ਇਹਦੇ ਨਾਲ ਕਿੱਥੇ ਕਿੱਥੇ ਲਿੰਕ ਸੀ, ਅਤੇ ਕੀ ਇਹ ਮਾੜੀਆਂ ਚੰਗੀਆਂ ਵਾਰਦਾਤਾਂ, ਜਿਹੜੀਆਂ ਮਾੜੀਆਂ ਵਾਰਦਾਤਾਂ ਕੀਤੀਆਂ ਉਹਨਾਂ ਬਾਰੇ ਕਲੀਅਰ ਕਰਾਂਗੇ ਹੁਣ ਇਹਦਾ ਪੁਲਿਸ ਰਿਮਾਂਡ ਦੇ ਵਿੱਚ। ਇਸ ਤੋਂ ਪਹਿਲਾਂ ਕਿੰਨੇ ਮਾਮਲੇ ਸੀ ਦਰਜ ਉੱਤੇ? ਇਹਦੇ 'ਤੇ 11 ਮਾਮਲੇ ਟੋਟਲ ਦਰਜ ਸਨ, 3 ਜਿਹੜੇ ਪੁਰਾਣੇ ਹੋ ਚੁੱਕੇ ਸਨ, 8 ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚੋਂ 5 ਜਿਹੜੇ ਨੇ ਉਹ ਜ਼ਹਿਰ ਸਮੈਥ ਨੇ, ਟ੍ਰਾਇਲ ਜੇਲ੍ਹ 'ਚ ਚੱਲ ਰਹੇ ਨੇ ਅਦਾਲਤ ਵਿੱਚ, 3 'ਚ ਭਗੌੜਾ ਸੀ।